ਦੋਸਤੋ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਮੇਂ ਸਮੇਂ 'ਤੇ ਬਹੁਤ ਸਾਰੇ ਕਮੇਡੀਅਨ ਆਏ। ਉਹਨਾਂ ਨੇ ਆਪਣੇ ਕਮੇਡੀ ਰਾਹੀਂ ਆਪਾਂ ਨੂੰ ਖੂਬ ਹਸਾਇਆ, ਆਪਣਾ ਐਂਟਰਟੇਨਮੈਂਟ ਕੀਤਾ। ਸੋ ਦੋਸਤੋ, ਮੈਂ ਸੰਨ 1969 ਤੋਂ ਲੈ ਕੇ 2019 ਤੱਕ ਦੇ ਜਿਹੜੇ ਪੰਜਾਬੀ ਫਿਲਮਾਂ ਦੇ ਕਮੇਡੀਅਨ ਆ, ਉਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਆ। ਆਪਾਂ ਟੋਪ 5 ਕਮੇਡੀਅਨ ਕੱਢਾਂਗੇ ਜਿਨ੍ਹਾਂ ਨੇ ਕਿ ਆਲ ਟਾਈਮ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਧਾਕ ਜਮਾਈ ਰੱਖੀ ਆ ਅਤੇ ਲੋਕਾਂ ਦਾ ਖੂਬ ਐਂਟਰਟੇਨਮੈਂਟ ਕੀਤਾ। ਦੋਸਤੋ, ਇਸ ਦੇ ਮੁਕਾਬਲੇ ਤੁਹਾਡੀ ਸੋਚ ਕੁਝ ਹੋਰ ਵੀ ਹੋ ਸਕਦਾ ਕਿ ਤੁਸੀਂ ਕਿਸੇ ਹੋਰ ਕਮੇਡੀਅਨ ਨੂੰ ਪਹਿਲੇ ਨੰਬਰ ਦਾ ਦਾਅਵੇਦਾਰ ਮੰਨਦੇ ਹੋ, ਤਾਂ ਤੁਸੀਂ ਨੀਚੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਡੇ ਵਿਚਾਰ ਅਨੁਸਾਰ ਇਹ ਜਿਹੜਾ ਕਮੇਡੀਅਨ ਉਹ ਪਹਿਲੇ ਨੰਬਰ ਦਾ ਦਾਅਵੇਦਾਰ, ਨੀਚੇ ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਜ਼ਰੂਰ ਦੱਸ ਦਿੰਦਾ, ਵੀਰੇ ਮੇਰਾ ਨਾਮ ਰਜਿੰਦਰ ਬਰਾੜਾ ਅਤੇ ਤੁਸੀਂ ਤੁਹਾਡਾ ਆਪਣਾ ਚੈਨਲ RB ਪੰਜਾਬੀ ਫਨ ਦੇਖ ਰਹੇ ਹਾਂ। ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਅਤੇ ਹੋਰ ਵੀਡੀਓਜ਼ ਦੇ ਲਈ ਲਾਲ ਬਟਨ 'ਤੇ ਕਲਿੱਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਸੋ ਬਿਨਾਂ ਟਾਈਮ ਗਵਾਏ ਆਪਾਂ ਉਹ ਲਿਸਟ ਸ਼ੁਰੂ ਕਰਦੇ ਹਾਂ। ਦੋਸਤੋ, ਇਸ ਲਿਸਟ ਦੇ ਵਿੱਚ ਅਸੀਂ 5ਵੇਂ ਨੰਬਰ 'ਤੇ ਰੱਖਦੇ ਹਾਂ ਕਰਮਜੀਤ ਅਨਮੋਲ। ਦੋਸਤੋ, ਕਰਮਜੀਤ ਅਨਮੋਲ ਨੇ ਆਪਣੇ ਜਿਹੜੇ ਕਿਰਦਾਰਾਂ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਚਾਹੇ ਆਪਾਂ ਉਹਨਾਂ ਦੀ ਨਵੀਂ ਮੂਵੀ ਜਿਹੜੀ ਆਈ ਹੈ ਮੰਜੇ ਬਿਸਤਰੇ ਦੀ ਗੱਲ ਕਰ ਲਈਏ, ਤਾਂ ਦੋਸਤੋ ਉਹਨਾਂ ਨੇ ਇਸ ਮੂਵੀ ਦੇ ਵਿੱਚ ਇੱਕ ਬਜ਼ੁਰਗ ਦਾ ਰੋਲ ਕੀਤਾ, ਪਰ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਕੋਈ ਬਜ਼ੁਰਗ ਨਹੀਂ ਬਲਕਿ ਕਰਮਜੀਤ ਅਨਮੋਲ ਜੋ ਕਿ ਨੌਜਵਾਨ ਆ, ਉਹ ਪੂਰੀ ਤਰ੍ਹਾਂ ਕਰੈਕਟਰ ਦੇ ਨਾਲ ਇਨਸਾਫ ਕਰਦੇ ਹੋਏ ਨਜ਼ਰ ਆਉਂਦੇ ਆ ਅਤੇ ਖੂਬ ਲੋਕਾਂ ਨੂੰ ਹਸਾਉਂਦੇ ਆ। ਦੋਸਤੋ, ਕਰਮਜੀਤ ਅਨਮੋਲ ਨੇ PTC ਬੈਸਟ ਕਮੇਡੀਅਨ ਦਾ ਅਵਾਰਡ ਜਿੱਤਿਆ ਹੋਇਆ ਅਤੇ ਉਹਨਾਂ ਨੇ ਲਗਭਗ 80 ਦੇ ਕਰੀਬ ਫਿਲਮਾਂ ਕੀਤੀਆਂ ਹੋਈਆਂ ਅਤੇ ਹਰੇਕ ਫਿਲਮ ਦੇ ਵਿੱਚ ਕਰਮਜੀਤ ਅਨਮੋਲ ਦਾ ਜਿਹੜਾ ਰੋਲ ਹੁੰਦਾ ਉਹ ਬਹੁਤ ਵਧੀਆ ਹੁੰਦਾ। ਉਹ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਆ ਅਤੇ ਲੋਕਾਂ ਨੂੰ ਖੂਬ ਹਸਾਉਂਦੇ ਆ। ਸੋ ਇਹੀ ਕਾਰਨ ਆ ਕਿ ਉਹ ਸਾਡੇ ਬੈਸਟ ਕਮੇਡੀਅਨ ਦੀ ਲਿਸਟ ਦੇ ਵਿੱਚ 5ਵੇਂ ਨੰਬਰ 'ਤੇ ਆ। ਦੋਸਤੋ, ਨੰਬਰ 4 'ਤੇ ਉਹ ਆ ਜਿਨ੍ਹਾਂ ਦਾ ਕਿ ਤਕੀਆ ਕਲਾਮ ਬਹੁਤ ਜ਼ਿਆਦਾ ਮਸ਼ਹੂਰ ਆ। ਮੇਰਾ ਕਹਿਣ ਤੋਂ ਭਾਵ ਆ ਜਸਵਿੰਦਰ ਭੱਲਾ, ਕਿਉਂਕਿ ਉਹਨਾਂ ਦੇ ਤਕੀਆ ਕਲਾਮ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਆ। ਹਰੇਕ ਫਿਲਮ ਦੇ ਵਿੱਚ ਉਹ ਇੱਕ ਵੱਖਰਾ ਜਿਹਾ ਤਕੀਆ ਕਲਾਮ ਪੇਸ਼ ਕਰਦੇ ਆ। ਜਿਵੇਂ ਉਹਨਾਂ ਦੀ ਫਿਲਮ ਕੈਰੀ ਓਨ ਜੱਟਾ ਦੇ ਵਿੱਚ ਉਹਨਾਂ ਦਾ ਤਕੀਆ ਕਲਾਮ ਸੀ, ਲੋਹਣੇ ਕਾਲਾ ਕੋਟ ਐਵੇਂ ਨਹੀਂ ਪਾਇਆ। ਇਸ ਤੋਂ ਇਲਾਵਾ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਚੰਡੀਗੜ੍ਹ ਢਹਿ ਜੂ ਪਿੰਡਾਂ ਵਰਗਾ ਤਾਂ ਰਹਿ ਜੂ, ਇੱਦਾਂ ਦੇ ਤਕੀਆ ਕਲਾਮਾਂ ਕਰਕੇ ਲੋਕ ਜਸਵਿੰਦਰ ਭੱਲੇ ਨੂੰ ਲੋਕ ਖੂਬ ਪਸੰਦ ਕਰਦੇ ਆ। ਜਸਵਿੰਦਰ ਭੱਲੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਨਕਾਟਾ ਸੀਰੀਜ਼ ਰਾਹੀਂ ਕੀਤੀ 1988 ਦੇ ਵਿੱਚ ਅਤੇ ਫਿਲਮਾਂ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਆਪਣੀ ਕੀਤੀ ਸੀ 1998 ਦੇ ਵਿੱਚ। ਫਿਲਮ ਦਾ ਨਾਮ ਸੀ ਦੁੱਲਾ ਭੱਟੀ। ਹੁਣ ਤੱਕ ਉਹ 51 ਦੇ ਕਰੀਬ ਫਿਲਮਾਂ ਕਰ ਚੁੱਕੇ ਆ। ਸੋ ਇਹੀ ਜਿਹੜੀਆਂ ਖੂਬੀਆਂ ਜਸਵਿੰਦਰ ਭੱਲਾ ਦੀਆਂ ਉਹ ਸਾਡੀ ਲਿਸਟ ਦੇ ਵਿੱਚ ਉਹਨਾਂ ਨੂੰ 4 ਨੰਬਰ ਦਾ ਜਿਹੜਾ ਪੂਰੀ ਤਰ੍ਹਾਂ ਦਾਅਵੇਦਾਰ ਬਣਾਉਂਦੀਆਂ ਅਤੇ ਉਹ 4 ਨੰਬਰ 'ਤੇ ਸਾਡੀ ਲਿਸਟ ਦੇ ਵਿੱਚ ਬਣੇ ਹੋਏ ਆ। ਦੋਸਤੋ, ਨੰਬਰ 3 'ਤੇ ਆਉਂਦੇ ਨੇ ਗੁਰਪ੍ਰੀਤ ਘੁੱਗੀ। ਦੋਸਤੋ, ਆਪਾਂ ਜਾਣਦੇ ਹਾਂ ਕਿ ਗੁਰਪ੍ਰੀਤ ਘੁੱਗੀ ਨੇ ਆਪਣੀ ਵਧੀਆ ਅਤੇ ਸਾਫ਼ ਸੁਥਰੀ ਕਮੇਡੀ ਰਾਹੀਂ ਲੰਬੇ ਸਮੇਂ ਤੱਕ ਪੰਜਾਬੀਆਂ ਦੀ ਅਤੇ ਪੰਜਾਬੀ ਮਾਂ ਬੋਲੀ ਦੀ ਖੂਬ ਸੇਵਾ ਕੀਤੀ ਆ। ਗੁਰਪ੍ਰੀਤ ਘੁੱਗੀ ਨੇ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਐਜ਼ ਏ ਕਮੇਡੀਅਨ ਸ਼ੁਰੂਆਤ ਕੀਤੀ ਸੀ 2002 ਸਨ ਦੇ ਵਿੱਚ। ਉਹਨਾਂ ਨੇ ਹਰਭਜਨ ਮਾਨ ਦੀ ਫਿਲਮ ਜੀ ਆਇਆਂ ਨੂੰ ਐਜ਼ ਏ ਕਮੇਡੀਅਨ ਖੂਬ ਤੜਕਾ ਲਾਇਆ ਸੀ। ਗੁਰਪ੍ਰੀਤ ਘੁੱਗੀ ਹੁਣ ਤੱਕ 65 ਦੇ ਕਰੀਬ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਕਮੇਡੀ ਦਾ ਲੋਹਾ ਮਨਵਾ ਚੁੱਕੇ ਆ। ਦੋਸਤੋ, ਨੰਬਰ 2 'ਤੇ ਉਹ ਆਉਂਦੇ ਜਿਨ੍ਹਾਂ ਦਾ ਸਟਾਈਲ ਲੋਕਾਂ ਨੂੰ ਖੂਬ ਜ਼ਿਆਦਾ ਪਸੰਦ ਆਉਂਦਾ। ਉਹ ਸਿਰਫ ਆਪਣੀਆਂ ਗੱਲਾਂ ਰਾਹੀਂ ਲੋਕਾਂ ਨੂੰ ਨਹੀਂ ਹਸਾਉਂਦੇ ਬਲਕਿ ਇਹਨਾਂ ਦੀ ਸਰੀਰਕ ਭਾਸ਼ਾ ਹੁੰਦੀ ਹੈ ਜਾਂ ਕਹਿ ਸਕਦੇ ਹਾਂ ਬੋਡੀ ਲੈਂਗੁਏਜ ਹੁੰਦੀ ਆ, ਉਸ ਰਾਹੀਂ ਵੀ ਲੋਕਾਂ ਦਾ ਖੂਬ ਐਂਟਰਟੇਨਮੈਂਟ ਕਰਦੇ ਆ। ਦੋਸਤੋ, ਮੈਂ ਗੱਲ ਕਰ ਰਿਹਾ ਬੀਨੂ ਢਿੱਲੋਂ ਦੀ, ਕਿਉਂਕਿ ਜੋ ਉਹਨਾਂ ਦਾ ਤੁਰਨ ਦਾ ਸਟਾਈਲ ਹੁੰਦਾ ਜਾਂ ਉਹਨਾਂ ਦਾ ਬਾਹਾਂ ਖੋਲ੍ਹਣ ਦਾ ਸਟਾਈਲ ਹੁੰਦਾ, ਉਸ ਤੋਂ ਹੀ ਲੋਕ ਖੂਬ ਹੱਸ ਲੈਂਦੇ ਆ। ਅਤੇ ਅੱਜ ਕੱਲ੍ਹ ਤਾਂ ਦੋਸਤੋ ਬੀਨੂ ਢਿੱਲੋਂ ਐਜ਼ ਏ ਹੀਰੋ ਫਿਲਮਾਂ ਦੇ ਵਿੱਚ ਆ ਰਹੇ ਆ। ਜੇਕਰ ਆਪਾਂ ਉਹਨਾਂ ਦੀਆਂ ਲਾਸਟ 3 ਜਾਂ 4 ਫਿਲਮਾਂ ਕਰ ਲਈਏ ਤਾਂ ਉਹ ਐਜ਼ ਏ ਹੀਰੋ ਹੀ ਫਿਲਮਾਂ ਦੇ ਵਿੱਚ ਆਏ ਆ ਅਤੇ ਲੋਕਾਂ ਨੇ ਉਹਨਾਂ ਨੂੰ ਖੂਬ ਪਸੰਦ ਕੀਤਾ। ਜਿਨ੍ਹਾਂ ਦੇ ਵਿੱਚ ਆਪਾਂ ਉਹਨਾਂ ਦੀਆਂ ਫਿਲਮਾਂ ਬਾਈ ਲਾਰਸ, ਕਾਲਾ ਸ਼ਾਹ ਕਾਲਾ ਅਤੇ ਬੈਂਡ ਵਾਜੇ ਦੀ ਜ਼ਰੂਰ ਗੱਲ ਕਰਾਂਗੇ। ਉਹ ਇਹਨਾਂ ਫਿਲਮਾਂ ਦੇ ਵਿੱਚ ਐਜ਼ ਏ ਹੀਰੋ ਆਏ ਅਤੇ ਨਾਲ ਨਾਲ ਕਮੇਡੀ ਦਾ ਵੀ ਐਸਾ ਤੜਕਾ ਲਾਇਆ ਕਿ ਲੋਕਾਂ ਨੂੰ ਮੋਹਲਿਆ। ਜੇਕਰ ਆਪਾਂ ਅੱਜ ਦੀ ਗੱਲ ਕਰਕੇ ਜਿਸ ਫਿਲਮ ਦੇ ਵਿੱਚ ਐਜ਼ ਏ ਹੀਰੋ ਬੀਨੂ ਢਿੱਲੋਂ ਆਉਂਦੇ ਆ, ਉਹ ਜ਼ਰੂਰ ਸਕਸੈਸਫੁੱਲ ਹੁੰਦੀ ਆ। ਦੋਸਤੋ, ਨੰਬਰ 1 'ਤੇ ਆਪਾਂ ਜਿਨ੍ਹਾਂ ਨੂੰ ਰੱਖਿਆ ਉਹ ਪੰਜਾਬੀ ਫਿਲਮਾਂ ਦੇ ਵਿੱਚ ਕਮੇਡੀ ਦੇ ਪਿਤਾਮਾ ਕਹੇ ਜਾ ਸਕਦੇ ਆ, ਕਿਉਂਕਿ ਉਹਨਾਂ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ ਫਿਲਮਾਂ ਦੇ ਵਿੱਚ ਵੀ ਖੂਬ ਤੜਕਾ ਲਾਇਆ। ਉਹ ਬਹੁਤ ਸਾਰੇ ਲੋਕਾਂ ਦੇ ਉਸਤਾਦ ਆ, ਕਿਉਂਕਿ ਬਹੁਤ ਸਾਰੇ ਜਿਹੜੇ ਕਮੇਡੀਅਨ ਉਹਨਾਂ ਤੋਂ ਸਿੱਖ ਕੇ ਹੀ ਫਿਲਮਾਂ ਦੇ ਵਿੱਚ ਆਏ। ਸੋ ਉਹਨਾਂ ਨੂੰ ਆਪਾਂ ਪੰਜਾਬੀ ਫਿਲਮਾਂ ਦੀ ਕਮੇਡੀ ਦਾ ਬਾਬਾ ਬੋੜ ਵੀ ਕਹਿ ਸਕਦੇ ਹਾਂ। ਦੋਸਤੋ, ਮੈਂ ਗੱਲ ਕਰ ਰਿਹਾ ਮੇਹਰ ਮਿੱਤਲ ਸਾਹਿਬ ਦੀ। ਮੇਹਰ ਮਿੱਤਲ ਸਾਹਿਬ ਨੇ ਫਿਲਮਾਂ ਦੇ ਵਿੱਚ ਕਮੇਡੀ ਦੀ ਸ਼ੁਰੂਆਤ 1969 ਦੇ ਵਿੱਚ ਕੀਤੀ। ਉਹਨਾਂ ਦੀ ਪਹਿਲੀ ਫਿਲਮ ਸੀ ਮਾਂ ਦਾ ਲਾਡਲਾ। ਉਹਨਾਂ ਨੇ 71 ਦੇ ਕਰੀਬ ਪੰਜਾਬੀ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ 8 ਦੇ ਕਰੀਬ ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਵੀ ਆਪਣੀ ਕਮੇਡੀ ਦਾ ਤੜਕਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਸੋ ਇਹੀ ਕਾਰਨ ਆ ਕਿ ਮੇਹਰ ਮਿੱਤਲ ਸਾਹਿਬ ਆਲ ਟਾਈਮ ਬੈਸਟ ਕਮੇਡੀਅਨ ਆ। ਸੋ ਇਹੀ ਗੱਲਾਂ ਮੇਹਰ ਮਿੱਤਲ ਸਾਹਿਬ ਨੂੰ ਸਾਡੀ ਇਸ ਲਿਸਟ ਦੇ ਵਿੱਚ ਨੰਬਰ 1 ਬਣਾਉਂਦੀਆਂ।
ਸੋ ਦੋਸਤੋ ਤੁਸੀਂ ਆਪਣੀ ਸੋਚ ਜ਼ਰੂਰ ਦੱਸਣਾ ਕਿ ਤੁਸੀਂ ਪਹਿਲੇ ਨੰਬਰ 'ਤੇ ਕੀ ਇਹਨਾਂ ਨੂੰ ਹੀ ਮੰਨਦੇ ਸੀ ਜਾਂ ਤੁਹਾਡੀ ਸੋਚ ਦੇ ਅਨੁਸਾਰ ਕੋਈ ਇਸ ਲਿਸਟ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਨੀਚੇ ਕਮੈਂਟ ਕਰਨਾ ਨਾ ਭੁੱਲੋ। ਆਪਾਂ ਅਗਲੀ ਵੀਡੀਓ ਵਿੱਚ ਜਿਹੜਾ ਤੁਹਾਡਾ ਕਮੈਂਟ ਰੀਡ ਕਰਾਂਗੇ ਅਤੇ ਦੇਖਾਂਗੇ ਕਿ ਤੁਸੀਂ ਇਸ ਲਿਸਟ ਦੇ ਬਾਰੇ ਕੀ ਡਿਫਰੈਂਟ ਸੋਚਦੇ ਹਾਂ। ਸੋ ਵੀਡੀਓ ਵਾਚ ਕਰਨ ਲਈ ਥੈਂਕ ਯੂ ਸੋ ਮੱਚ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਅਤੇ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ। ਥੈਂਕ ਯੂ ਸੋ ਮੱਚ।